2 ਦਿਨ ਚੱਲਣ ਵਾਲੀ ਨੈਸ਼ਨਲ ਫੈਡਰੇਸ਼ਨ ਆਫ ਇੰਸ਼ੋਰੈਂਸ ਫੀਲਡ ਵਰਕਸ਼ਾਪ ਆਫ ਇੰਡੀਆ ਦੀ ਨਾਰਥ ਜ਼ੋਨ ਦੀ ਬੈਠਕ ਅੰਮ੍ਰਿਤਸਰ ਦੇ ਸ਼ਿਫਤੀ ਇੰਟਰਨੈਸ਼ਨਲ 'ਚ ਹੋਈ। 2 ਦਿਨੀ ਬੈਠਕ ਦੇ ਪ੍ਰਥਮ ਦਿਨ ਫੈਡਰੇਸ਼ਨ ਦੇ ਜ਼ੋਨਲ ਦੀ ਅਧਿਕਸ਼ਤਾ ਐਮ.ਐਲ. ਸੋਨੀ ਨੇ ਕੀਤੀ। ਉਹਨਾਂ ਨੇ ਕਿਹਾ ਕਿ ਇਸ ਬੈਠਕ 'ਚ 6 ਪ੍ਰਦੇਸ਼ਾਂ ਤੋਂ 17 ਮੰਡਲਾਂ ਦੇ ਕਰੀਬ 450 ਡੈਲੀਗੇਟ ਸ਼ਾਮਲ ਹੋਏ। ਉੱਥੇ ਉਹਨਾਂ ਦੱਸਿਆ ਕਿ ਬੈਠਕ 'ਚ ਵਿਕਾਸ ਅਧਿਕਾਰੀਆਂ ਦੀ ਸਮੱਸਿਆਵਾਂ ਦੇ ਬਾਰੇ ਮੰਥਨ ਕੀਤਾ ਜਾਵੇਗਾ, ਭਵਿੱਖ ਦੀਆਂ ਚੁਣੌਤੀਆਂ ਦੇ ਬਾਰੇ ਰਣਨੀਤੀ ਤਿਆਰ ਕੀਤੀ ਜਾਵੇਗੀ। ਉੱਥੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਨਿਗਮ ਨੂੰ ਨਿੱਜੀਕਰਨ ਕਰਨ ਦੀ ਯੋਜਨਾ ਤੇ ਵੀ ਕੰਮ ਚੱਲ ਰਿਹਾ ਹੈ, ਜੋ ਕਿ ਇੱਕ ਵੱਡੀ ਚੁਣੌਤੀ ਹੈ। ਨਿਗਮ ਦੇ ਕੋਲ 28 ਲੱਖ ਕਰੋੜ ਰੁਪਏ ਲਾਈਫ ਫੰਡ ਹੈ, ਜਿਸ ਤੇ ਕੇਂਦਰ ਸਰਕਾਰ ਦੀ ਨਜ਼ਰ ਹੈ। ਉੱਥੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਿਗਮ ਨੂੰ ਨਿੱਜੀ ਹੱਥਾਂ 'ਚ ਸੌਂਪਦੀ ਹੈ ਤਾਂ ਉਸ ਤੋਂ ਬੀਮਾ ਧਾਰਕਾਂ ਕਰਮਚਾਰੀਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਮੈਂ ਐਮ.ਐਲ. ਸੋਨੀ, ਜ਼ੋਨਲ ਪ੍ਰੈਜ਼ੀਡੈਂਟ, ਨੈਸ਼ਨਲ ਫੈਡਰੇਸ਼ਨ ਆਫ ਇੰਸ਼ੋਰੈਂਸ ਫੀਲਡ ਵਰਕਰਸ ਆਫ ਇੰਡੀਆ, ਜੋ ਇੱਕ ਵਿਕਾਸ ਅਧਿਕਾਰੀਓ ਕਾ ਸੰਗਠਨ ਹੈ ਨੌਰ ਜ਼ੋਨ। ਹਮਾਰੀ ਜੋ 2 ਦਿਨ ਕੀ ਇਹ ਮੀਟਿੰਗ ਯਹਾਂ ਅੰਮ੍ਰਿਤਸਰ ਮੇਂ ਰੱਖੀ ਗਈ ਹੈ, ਇਨ 2 ਦਿਨੋਂ ਮੇਂ ਵਿਕਾਸ ਅਧਿਕਾਰੀਓ ਸੇ ਸੰਬੰਧਿਤ ਸਭੀ ਮੁੱਦੋਂ ਪੇ ਯਹਾਂ ਵਿਸਤਾਰ ਸੇ ਚਰਚਾ ਹੋਗੀ, ਔਰ ਯਹ ਮੀਟਿੰਗ ਹਰ 2 ਵਰਸ ਮੇਂ ਆਯੋਜਿਤ ਕੀ ਜਾਤੀ ਹੈ। ਖਾਸ ਤੌਰ ਸੇ ਜੋ ਅਭੀ ਜਿਸ ਦੌਰ ਸੇ ਨਿਗਮ ਗੁਜ਼ਰ ਰਹਾ ਹੈ, ਜੋ ਚੈਲੇਂਜਸ ਜੋ ਹਮਾਰੇ ਵਿਕਾਸ ਅਧਿਕਾਰੀਓ ਕੇ ਲੀਏ ਸੰਗਠਨ ਕੇ ਲੀਏ ਹੈ, ਸਾਥ ਹੀ ਸਾਥ ਜੋ LIC ਕੇ ਲੀਏ ਵੀ ਚੈਲੇਂਜ ਜੋ ਸਾਹਮਣੇ ਆ ਰਹੇ ਹੈ, ਉਨ ਸਭੀ ਮੁੱਦੋਂ ਪੇ ਵਿਸਤਾਰ ਸੇ ਚਰਚਾ ਹੋਗੀ, ਔਰ 2 ਦਿਨ ਕੇ ਪਸ਼ਚਾਤ ਜੋ ਵੀ ਨਿਸ਼ਕਰਸ਼ ਨਿਕਲੇਗਾ ਉਨ ਸਭੀ ਮੁੱਦੋਂ ਕੋ ਲੇਕਰ ਕੇ ਹਮ ਜਾ ਕਰਕੇ ਮੈਨੇਜਮੈਂਟ ਸੇ ਪ੍ਰਬੰਧਨ ਸੇ ਇਸ ਵਿਸ਼ੇ ਪੇ ਵਾਰਤਾ ਕਰੇਂਗੇ, ਜ਼ਰੂਰਤ ਪੜੀ ਤੋ ਭਾਰਤ ਸਰਕਾਰ ਮੇਂ ਮਿਨਿਸਟਰ ਸੇ ਵੀ ਹਮ ਵਾਰਤਾ ਕਰੇਂਗੇ। ਮੁੱਖ ਜੋ ਹਮਾਰਾ ਅਭੀ ਮੁੱਦਾ ਜੋ ਹੈ ਉਹ ਵਿਕਾਸ ਅਧਿਕਾਰੀਓ ਕੀ ਸੇਵਾ ਸ਼ਰਤੋਂ ਸੇ ਸੰਬੰਧਿਤ ਹੈ, ਔਰ ਹਮ ਚਾਹਤੇ ਹੈ ਕਿ ਪੂਰਨ ਰੂਪ ਸੇ ਜੋਬ ਸਿਕਿਉਰਿਟੀ ਜੋ ਹੈ ਇਸ ਕਲਾਸ ਕੋ ਮਿਲੇ, ਇੱਕ ਵਾਰ ਜਿਸਕਾ ਰਿਕਰੂਟਮੈਂਟ ਹੋ ਗਿਆ ਹੈ ਉਹ ਟਰਮੀਨੇਟ ਨਾ ਹੋ, ਔਰ ਸਾਥ ਹੀ ਸਾਥ ਜੋ ਇੱਕ ਨਿੱਜੀਕਰਨ ਕੀ ਸਮੱਸਿਆ ਜੋ ਹਮਾਰੇ ਦੇਸ਼ ਮੇਂ ਵੀ ਚੱਲ ਰਹੀ ਹੈ, ਉਹ ਸੇ ਜੋ PSU ਹੈ ਜੋ ਹਮਾਰੇ ਅੱਛਾ ਮਲਾਈ ਵਾਲੀ ਜੋ PSUs ਹੈ ਸਰਕਾਰੀ ਉਪਕਰਮ ਹੈ ਉਨਕਾ ਤੇਜ਼ੀ ਸੇ ਨਿੱਜੀਕਰਨ ਕੀਆ ਜਾ ਰਹਾ ਹੈ, ਉਸੀ ਔਰ LIC ਮੇਂ ਵੀ ਭਾਰਤ ਸਰਕਾਰ ਨੇ ਇੱਕ ਵਾਰ ਕਿਹਾ ਹੈ ਕਿ ਇਸਕਾ ਵੀ ਕੁਛ ਨਿੱਜੀਕਰਨ, ਕੁਛ ਅੰਸ਼ ਇਸਕਾ 10% ਜਾਂ 20% ਜੋ ਵੀ ਹੈ ਇਸਕਾ ਨਿੱਜੀਕਰਨ ਕੀਆ ਜਾਏਗਾ। LIC ਕੇ ਪਾਸ ਆਜ ਕੇ 31 ਲੱਖ ਕਰੋੜ ਸੇ ਉੱਪਰ ਕੀ ਪਰਿਸੰਪਤੀਆਂ ਹੈ, 28 ਲੱਖ ਕਰੋੜ ਕਾ ਇਸਕਾ ਜੋ ਲਾਈਫ ਫੰਡ ਹੈ ਉਸ ਪੇ ਸਭੀ ਨਿੱਜੀ ਖੇਤਰ ਕੇ ਲੋਕੋ ਕਾ ਕੰਪਨੀਓ ਕਾ ਇਸ ਪੇ ਲਾਟ ਟਪਕ ਰਹੀ ਹੈ, ਸਭ ਕੀ ਨਜ਼ਰ ਹੈ। ਅਗਰ ਭਾਰਤ ਸਰਕਾਰ ਐਸਾ ਕਰਤੀ ਹੈ ਤੋ ਇਹ ਜੋ ਇਸ ਤਰ੍ਹਾਂ ਫੰਡ ਜੋ 28 ਲੱਖ ਕਰੋੜ ਕਾ ਜੋ ਹਮਾਰਾ ਲਾਈਫ ਫੰਡ ਹੈ ਉਸ ਮੇਂ ਸੇ 80% ਪੈਸਾ ਸਰਕਾਰੀ ਉਪਕਰਮੋ ਮੇਂ ਗਵਰਨਮੈਂਟ ਮੇਂ ਇਨਵੈਸਟਮੈਂਟ ਹੈ, ਕੋਈ ਵੀ ਪ੍ਰਾਈਵੇਟ ਕੰਪਨੀ ਨਿੱਜੀ ਕੰਪਨੀਆਂ ਇਸ ਮੇਂ ਕਭੀ ਇਨਵੈਸਟ ਨਹੀਂ ਕਰਤੀ ਹੈ, ਔਰ ਪੋਲਿਸੀ ਹੋਲਡਰ ਕਾ ਜੋ ਪੈਸਾ ਹੈ ਵੋ ਵੀ ਸਰਕਾਰੀ ਕੰਪਨੀ ਰਹਿਤੇ ਹੋਏ ਬਿਲਕੁਲ ਪੂਰਨ ਰੂਪ ਸੇ ਸੁਰਕਸ਼ਾ ਹੈ, ਕਿਉਂਕਿ ਕੇਵਲ ਮਾਤਰ LIC ਜੋ ਹੈ ਉਸ ਮੇਂ ਸੋਵਰਨ ਗਾਰੰਟੀ ਹੈ, ਉਸ ਮੇਂ ਕੇਵਲ ਗਵਰਨਮੈਂਟ ਕੀ ਗਾਰੰਟੀ ਹੈ ਕਿ ਪੋਲਿਸੀ ਹੋਲਡਰ ਕਾ ਪੈਸਾ ਸੁਰਕਸ਼ਿਤ ਹੈ। ਤੋ ਇਨ ਸਭੀ ਮੁੱਦੋਂ ਕੋ ਲੇਕਰ ਕੇ ਆਗਾਮੀ 2 ਦਿਨੋਂ ਮੈਂ ਚਰਚਾ ਕਰੇਗਾ। ਗਵਰਨਮੈਂਟ ਕੇ ਕਾਫੀ ਜਿਹੜੇ ਡਿਪਾਰਟਮੈਂਟਸ ਹੈ ਉਹ LIC ਸੇ ਪੈਸੇ ਲੇਕਰ ਮੈਕਸੀਮਮ ਚਾਹੇ ਰੇਲਵੇ ਹੈ, ਸਭੀ ਸਟੇਟਸ ਕੇ ਜੋ ਬਿਜਲੀ ਬੋਰਡ ਹੈ, ਔਰ ਜੋ ਏਅਰਪੋਰਟ ਅਥਾਰਟੀ ਹੈ, ਲਗਭਗ ਸਾਰੇ ਬੈਂਕੋ ਮੇਂ ਜੋ LIC ਕਾ ਪੈਸਾ ਲਗਾ ਹੋਇਆ ਹੈ, ਔਰ ਜੋ ਮੇਰਾ ਲਾਈਫ ਫੰਡ ਬਤਾਇਆ 28 ਲੱਖ ਕਰੋੜ ਜੋ ਹੈ ਉਸ ਮੇਂ ਸੇ ਕਰੀਬ 10% ਪੈਸਾ ਮਿਊਚੁਅਲ ਫੰਡਸ ਮੇਂ ਵੀ ਜੋ ਸ਼ੇਅਰ ਮਾਰਕੀਟ ਮੇਂ ਵੀ LIC ਕਾ ਲਗਾ ਹੋਇਆ ਹੈ। ਆਜ ਕਿਆ ਰਣਨੀਤੀ ਅਗਰ ਨਿੱਜੀ ਅਭੀ ਵੀ ਆਪਨੇ ਦੇਖਾ IDBI ਕੋ ਡੂਬਤੇ ਹੋਏ LIC ਨੇ ਬਚਾਇਆ ਹੈ, ਰੇਲਵੇ ਮੇਂ ਵੀ ਹਮਨੇ ਜੋ ਹੈ ਕਰੀਬ 2.5 ਲੱਖ ਕਰੋੜ ਰੁਪਿਆ ਇਨਵੈਸਟ ਕੀਆ। ਲਾਂ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।